ਇਸ ਨੂੰ ਹੁਣ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੀ ਗੁੰਡਾਗਰਦੀ ਹੀ ਕਿਹਾ ਜਾ ਸਕਦਾ ਹੈ ਕਿ ਇਸ ਮਹਾਮਾਰੀ ਦੇ ਦੌਰ ਵਿੱਚ ਠੀਕ ਹੋ ਚੁੱਕੇ ਮਰੀਜ਼ ਨੂੰ ਦੂਜੇ ਦਿਨ ਵੀ ਰਿਲੀਜ਼ ਨਹੀਂ ਕੀਤਾ ਗਿਆ ਕਿਉਂਕਿ ਉਹ ਹਸਪਤਾਲ ਵੱਲੋਂ ਥਮਾਇਆ ਲੱਖਾਂ ਦਾ ਬਿੱਲ ਅਦਾ ਨਹੀਂ ਕਰ ਸਕੇ ਦਿਲਿੰਦਰ ਦੀ 70 ਸਾਲਾ ਇਸ ਬਜ਼ੁਰਗ ਔਰਤ ਦਾ ਪੂਰਾ ਪਰਿਵਾਰ ਪਹਿਲਾਂ ਹੀ ਇਕਾਂਤ ਵਾਸ ਵਿੱਚ ਪਿਆ ਹੈ ਪਰ ਇਹ ਹਸਪਤਾਲ ਆਪਣੇ ਬਿੱਲ ਦੀ ਅਦਾਇਗੀ ਤੇ ਅੜਿਆ ਹੈ ਹਾਲਕਿ ਸਰਕਾਰੀ ਹਦਾਇਤਾਂ ਮੁਤਾਬਕ ਹਸਪਤਾਲ ਨੇ ਬਿੱਲ ਹੁਣ 7 ਲੱਖ ਤੋਂ ਘਟਾ ਕੇ 3.60 ਲੱਖ ਦਾ ਕਰ ਦਿੱਤਾ ਹੈ ਪਰ ਹਸਪਤਾਲ ਮੈਨੇਜਮੈਂਟ ਦੀ ਦਲੀਲ ਹੈ ਕਿ ਬਿਨਾ ਬਿੱਲ ਅਦਾਇਗੀ ਉਹ ਮਰੀਜ਼ ਨੂੰ ਰਿਲੀਜ਼ ਨਹੀਂ ਕਰ ਸਕਦੇ ਤਾਂ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਦੋਂ ਮੁਲਕ ਦੇ ਸਾਹਮਣੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੀ ਵੰਗਾਰ ਹੈ ਤੱਕੀ ਇੱਕ ਹਸਪਤਾਲ ਦਾ ਇਹ ਵਤੀਰਾ ਜਾਇਜ਼ ਹੈ ਉਹ ਬਿੱਲ ਨਾ ਪਰੰਦੇ ਕਿਸੇ ਮਰੀਜ਼ ਨੂੰ ਇਸ ਤਰ੍ਹਾਂ ਬੰਦੀ ਬਣਾ ਕੇ ਰੱਖ ਸਕਦੇ ਹਨ ਯੂਨੀਵਰਸਲ ਹਿਊਮਨ ਰਾਈਟਸ ਦੇ ਪ੍ਰਧਾਨ ਸਤਨਾਮ ਸਿੰਘ ਢਾਲੀਬਾਲ ਨੇ ਇਸ ਮੁਤਲਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਤੇ ਬਿੱਲ ਸਰਕਾਰ ਪਰੇ ਉਹਨਾਂ ਨੇ ਦਲੀਲ ਹੈ ਕਿ ਕਰੋਨਾ ਇੱਕ ਮਹਾਮਾਰੀ ਹੈ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨਾਲ ਸੰਬੰਧਿਤ ਲੋਕਾਂ ਦੇ ਇਲਾਜ ਦੇ ਬਿੱਲ ਸਰਕਾਰ ਖੁਦ ਪਰੇ ਇਸ ਤੋਂ ਇਲਾਵਾ ਕੋਈ ਵੀ ਹਸਪਤਾਲ ਕਿਸੇ ਮਰੀਜ਼ ਨੂੰ ਠੀਕ ਹੋਣ ਤੋਂ ਪਹਿਲਾਂ ਬਿੱਲ ਲਈ ਇਸ ਤਰ੍ਹਾਂ ਬੰਦੀ ਬਣਾ ਕੇ ਨਹੀਂ ਰੱਖ ਸਕਦਾ ਜ਼ਿਕਰ ਖਾਸ ਹੈ ਕਿ ਔਰਤ ਲੰਗੀ ਚੋਈ ਮਾਰਚ ਨੂੰ ਸੀਐਮਸੀ ਹਸਪਤਾਲ ਵਿੱਚ ਇਲਾਜ ਲਈ ਆਈ ਸੀ ਉਸ ਦੀ ਕਰੋਨਾ ਵਾਇਰਸ ਦੀ ਰਿਪੋਰਟ ਤਾਂ ਨੈਗੇਟਿਵ ਆ ਗਈ ਪਰ ਉਸ ਨੂੰ ਹਸਪਤਾਲ ਤੋਂ ਇਹ ਕਹਿੰਦਾ ਛੁੱਟੀ ਨਹੀਂ ਦਿੱਤੀ ਗਈ ਕਿ ਬਿਨਾਂ ਬਿੱਲ ਦੀ ਅਦਾਇਗੀ ਤੇ ਉਹ ਹਸਪਤਾਲ ਨਹੀਂ ਜਾ ਸਕਦੀ ਇਸ ਵੇਲੇ ਜਦੋਂ ਮੁਲਕ ਵਿੱਚ ਲੋਕਡਾਊਨ ਹੈ ਤਾਂ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਲੋਕਾਂ ਕੋਲ ਕੋਈ ਕੰਮ ਧੰਦੇ ਨਹੀਂ ਰੋਜ਼ਗਾਰ ਦਾ ਕੋਈ ਜ਼ਰੀਆ ਨਹੀਂ ਤਾਂ ਆਪਣੇ ਇਲਾਜ ਦਾ ਬਿੱਲ ਕਿਵੇਂ ਭਰਨਗੇ ਨਾਲ ਹੀ ਕਰੋਨਾ ਵਾਇਰਸ ਦੇ ਟੈਸਟ ਨੂੰ ਲੈ ਕੇ ਭਰਮ ਦਾ ਮਾਹੌਲ ਹੈ ਲੋਕ ਪ੍ਰਾਈਵੇਟ ਲੈਬ ਤੋਂ ਮਹਿੰਗੇ ਰੇਟ ਤੇ ਟੈਸਟ ਕਰਾਉਣ ਨੂੰ ਮਜਬੂਰ ਹਨ ਥਾਇਰੋ ਕੇਅਰ ਭਾਰਤ ਦੀ ਇੱਕ ਨਿੱਜੀ ਲੈਬੈਟਰੀ ਹੈ ਇਹਨਾਂ ਨੇ ਹਾਲ ਹੀ ਵਿੱਚ ਕੋਵਿਡ-19 ਦੇ ਟੈਸਟ ਕਰਨ ਦੀ ਸ਼ੁਰੂਆਤ ਕੀਤੀ ਸੀ ਜਦੋਂ ਸੁਪਰੀਮ ਕੋਰਟ ਨੇ ਇਹ ਟੈਸਟ ਮੁਫਤ ਕਰਨ ਦੇ ਹੁਕਮ ਦਿੱਤੇ ਸਨ ਥਾਇਰੋਕੇਅਰ ਦੇ ਮਾਲਕ ਆਰਕਵਾ ਸੁਆਮੀ ਵੈਲਮੁਨੂ ਨੇ ਕਿਹਾ ਕਿ ਸਾਨੂੰ ਲੱਗਾ ਕਿ ਹੁਕਮਾਂ ਵਿੱਚ ਹੋਵੇਗਾ ਕਿ ਅਮੀਰ ਲੋਕ ਪੈਸੇ ਦੇਣਗੇ ਅਤੇ ਗਰੀਬਾਂ ਲਈ ਸਰਕਾਰ ਪੈਸੇ ਭਰੇਗੀ ਇਸ ਟੈਸਟ ਨੂੰ ਕਰਾਉਣ ਵਿੱਚ ਕਟੋ-ਕਟ 4500 ਰੁਪਏ ਦਾ ਖਰਚਾ ਆਉਂਦਾ ਹੈ ਪਰ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਇਹ ਸਪਸ਼ਟ ਨਹੀਂ ਕੀਤਾ ਕਿ ਨਿੱਜੀ ਲੈਬਾਂ ਦੇ ਪੈਸੇ ਕੌਣ ਭਰੇਗਾ ਤਰਾਸ ਵਿੱਚ ਆਈਆਂ ਥਾਇਰੋਕੇਅਰ ਸਮੇਤ ਇਹਨਾਂ ਲੈਬਾਂ ਨੇ ਟੈਸਟ ਕਰਨੇ ਬੰਦ ਕਰ ਦਿੱਤੇ ਇਸ ਤੇ ਕੇਂਦਰ ਸਰਕਾਰ ਨੇ ਕੋਰਟ Bike. ਇਸ ਵግਰੋਂ ਸੁਪਰੀਮ ਕੋਰਟ ਨੇ 13 ਅਪ੍ਰੈਲ ਨੂੰ ਮੁੜ ਤੋਂ ਨਵੇਂ ਹੁਕਮ ਜਾਰੀ ਕੀਤੇ ਇਹਨਾਂ ਅਨੁਸਾਰ ਸਰਕਾਰ ਨਿੱਜੀ ਲੈਬ ਵਾਲਿਆਂ ਨੂੰ 50 ਕਰੋੜ ਲੋਕਾਂ ਦੇ ਟੈਸਟ ਕਰਨ ਲਈ ਪੈਸੇ ਦੇਵੇਗੀ ਇਹ ਲੋਕ ਸਰਕਾਰੀ ਸਿਹਤ ਬੀਮਾ ਸਕੀਮ ਹੇਠ ਪੁਗਤਾਏ ਜਾਣਗੇ ਇਹਨਾਂ ਤੋਂ ਇਲਾਵਾ ਲੋਕ ਟੈਸਟਾਂ ਦਾ ਖਰਚਾ ਆਪ ਚੁੱਕਣਗੇ ਪਰ ਇਸ ਨਾਲ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਟੈਸਟ ਮੁਫਤ ਨਾ ਹੋਣ ਦੀ ਸੂਰਤ ਵਿੱਚ ਭਾਰਤ ਵਿੱਚ ਕੋਵਿਡ-19 ਦੇ ਹੋਣ ਵਾਲੇ ਟੈਸਟਾਂ ਦੀ ਗਿਣਤੀ ਵੱਧ ਸਕੇਗੀ ਭਾਰਤ ਵਿੱਚ ਲਗਭਗ 21000 ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਇਹਨਾਂ ਵਿੱਚੋਂ ਲਗਭਗ 650 ਤੋਂ ਵੱਧ ਲੋਕ ਮਰ ਚ ਵਰਣਾ ਹੈ ਕਿ ਇਸ ਕਰਕੇ ਹੈ ਕਿਉਂਕਿ ਇੱਥੇ ਟੈਸਟ ਕੱਟ ਕੀਤੇ ਗਏ ਨੇ ਪਰ ਇਹਨਾਂ ਟੈਸਟਾਂ ਦੀ ਗਿਣਤੀ ਵਧਾਉਣਾ ਚੁਣੌਤੀ ਭਰਿਆ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਅਜੇ ਤੱਕ ਭਾਰਤ ਵਿੱਚ ਤਿਆਰ ਕੀਤੀ ਗਈ ਇੱਕ ਟੈਸਟ ਕਿੱਟ ਨੂੰ ਹੀ ਮਨਜ਼ੂਰੀ ਦਿੱਤੀ ਹੈ ਦੁਨੀਆ ਭਰ ਵਿੱਚ ਇਹਨਾਂ ਦੀ ਮੰਗ ਹੋਣ ਕਰਕੇ ਬਾਹਰਲੇ ਦੇਸ਼ਾਂ ਤੋਂ ਟੈਸਟ ਕਿੱਟਾਂ ਮੰਗਵਾਉਣਾ ਔਖਾ ਹੋ ਰਿਹਾ ਹੈ ਟੈਸਟ ਕਿੱਟਾਂ ਤੋਂ ਇਲਾਵਾ ਸੁਰੱਖਿਆ ਵਾਲੀਆਂ ਚੀਜ਼ਾਂ ਦੇ ਮੈਡੀਕਲ ਸਟਾਫ ਦੀ ਵੀ ਕਮੀ ਹੈ ਦੇਸ਼ ਦਾ ਵੱਡਾ ਖੇਤਰਫਲ ਤੇ ਵੱਡੀ ਆਬਾਦੀ ਵੀ ਚੁਣੌਤੀ ਪ੍ਰਦਾਨ ਕਰਦੇ ਹਨ ਇਹਨਾਂ ਸਾਰੇ ਕਾਰਨ ਟੈਸਟ ਕਰਨਾ ਬਹੁਤ ਮਹਿੰਗਾ ਪੈਂਦਾ ਹੈ ਸਰਕਾਰੀ ਹਸ ਲੋਕਾਂ ਦੀ ਵੀ ਕਮੀ ਸੀ ਪਰ ਜਲਦ ਹੀ ਹਾਲਾਤਾਂ ਨੂੰ ਸੰਭਾਲਣ ਲਈ ਇਸਾ ਸਾਰੇ ਵਿੱਚ ਨਿੱਜੀ ਲੈਬ ਵਾਲਿਆਂ ਨੂੰ ਵੀ ਜੋੜ ਦਿੱਤਾ ਗਿਆ ਸਰਕਾਰ ਤੇ ਨਿੱਜੀ ਸਿਹਤ ਫਰਮਾਂ ਦੇ ਮੁਖੀਆਂ ਸਮੇਤ ਬਣੀ ਇੱਕ ਮਾਹਰ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ਤੇ ਇਸ ਟੈਸਟ ਦੀ ਕੀਮਤ ਤੈਅ ਕੀਤੀ ਜੇਕਰ ਟੈਸਟ ਘਰ ਵਿੱਚ ਕੀਤਾ ਜਾਵੇ ਤਾਂ ਇਸ ਦੀ ਕੀਮਤ 4500 ਰੁਪਏ ਹੈ ਤੇ ਜੇ ਹਸਪਤਾਲ ਵਿੱਚ ਹੋਵੇ ਤਾਂ 3500 ਰੁਪਏ ਪਰ 올 ਇੰਡੀਆ ਡਰੱਗ ਐਕਸ਼ਨ ਨੈਟਵਰਕ ਦੇ ਮਾਲਣੀ ਆਈਸੋਲਾ ਦਾ ਕਹਿਣਾ ਹੈ ਇੱਕ ਵਾਇਰੋਲੋਜੀਸਟ ਦੁਆਰਾ ਕਿੱਟ ਦੀ ਕੀਮਤ ਜੋੜੇ ਜਾਣ ਉੱਤੇ ਲਗਭਗ 700 ਰੁਪਏ ਦਾ ਖਰਚ ਆਇਆ ਆਈਸੋਲਾ ਦਾ ਤਰਕ ਹੈ ਕਿ ਜੇ ਨਿੱਜੀ ਖੇਤਰ ਦੇ ਲੋਕ ਕੀਮਤ ਤੈਅ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਸੰਤਾ ਸਰਕਾਰ ਨੂੰ ਇਸ ਕੀਮਤ ਤੇ ਵਿਚਾਰ ਕਰਨਾ ਚਾਹੀਦਾ ਸੀ ਪਰ ਪ੍ਰਾਈਵੇਟ ਲੈਬ ਦੇ ਮਾਲਕਾਂ ਅਨੁਸਾਰ ਇਹ ਇੱਕ ਉਚਿਤ ਕੀਮਤ ਹੈ ਕੋ ਡਾਇਗਨੋਸਟਿਕ ਦੇ ਸੰਸਥਾਪਕ ਸੀਈਓ ਜੋਇਆ ਬਰਾੜ ਦਾ ਕਹਿਣਾ ਹੈ ਕਿ ਸਪਲਾਈ ਚੈਨਾਂ ਬੰਦ ਹੋ ਗਈਆਂ ਹਨ ਤੇ ਹਰ ਕੋਈ ਐਡਵਾਂਸ ਅਦਾਇਗੀਆਂ ਤੇ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਚਆਈਵੀ ਅਤੇ ਇਨਫਲੂਐਂజా ਦੇ ਟੈਸਟ ਲਈ ਵਰਤੀ ਜਾਣ ਵਾਲੀ ਮੋਡਲੀ ਆਰਟੀਪੀਸੀਆਰ ਟੈਸਟ ਕਿੱਟ ਦੀ ਕੀ ₹80 ਹੈ ਹਾਤੇ ਇਸ ਕਿਟ DNA ਅਤੇ RNA ਸਮੇਤ ਹੋਰ ਕਿਸਮ ਦਾ ਜੈਨੇਟਿਕ ਕੋਡ ਕੱਢਣ ਦੀ ਸਹੂਲਤ ਵੀ ਹੈ। ਉਹਨਾਂ ਦੱਸਿਆ ਕਿ ਇਸ ਦੀ ਸਪਲਾਈ ਹਾਲੇ ਥੋੜੀ ਹੈ ਪਰ ਜਦੋਂ ਇਹ ਉਪਲਬਧ ਹੁੰਦੀ ਹੈ ਅਸੀਂ ਇਸ ਨੂੰ ਲਗਭਗ 1000 ਰੁਪਏ ਵਿੱਚ ਖਰੀਦ ਲੈਂਦੇ ਹਾਂ। ਇਸ ਤੋਂ ਇਲਾਵਾ ਹੋਰ ਖਰਚੇ ਵੀ ਹੁੰਦੇ ਹਨ ਜਿਵੇਂ ਸਟਾਫ ਲਈ ਨਿੱਜੀ ਸੁਰੱਖਿਆ ਉਪਕਰਨ, ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਲੈਬ ਚਲਾਉਣ ਦੀ ਕੀਮਤ। థਾਇਰੋਕੇਅਰ ਦੇ ਡਾਕਟਰ ਵੈਲੂ ਮੈਨੂ ਦਾ ਕਹਿਣਾ ਹੈ ਕਿ ਉਹ ਆਪਣੇ ਸਟਾਫ ਨੂੰ ਆਮ ਨਾਲੋਂ ਵਧ ਤਨਖਾਹ ਦੇ ਰਹੇ ਹਨ। ਕਰਮਚਾਰੀਆਂ ਅਤੇ ਆਪਣੇ ਪਰਿਵਾਰ ਦੁਆਰਾ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕੰਮ ਕਰਨਾ ਬੰਦ ਕਰ ਦੇਣ ਕਿਉਂਕਿ ਇਸ ਸਮੇਂ ਭਾਰਤ ਵਿੱਚ ਜਾਂਚ ਸਿਰਫ ਉਦੋਂ ਕੀਤੀ ਜਾ ਰਹੀ ਹੈ ਜਦੋਂ ਡਾਕਟਰ ਅਨੁਜਾਹਾ ਕਰਨ ਦੀ ਸਲਾਹ ਦੇਵੇ ਪਰ ਸਰਕਾਰੀ ਹਸਪਤਾਲਾਂ ਵਿੱਚ ਲੰਬਾ ਇੰਤਜ਼ਾਰ ਅਤੇ ਨਿੱਜੀ ਹਸਪਤਾਲਾਂ ਦਾ ਵੱਡਾ ਖਰਚਾ ਬਿਮਾਰੀ ਦੇ ਲੱਛਣਾਂ ਵਾਲੇ ਲੋਕਾਂ ਨੂੰ ਵੀ ਟੈਸਟ ਕਰਾਉਣ ਤੋਂ ਪਰਹੇਜ਼ ਕਰਵਾ ਸਕਦਾ ਹੈ ਦਿੱਲੀ ਦੀ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦੀ ਅਰਥ ਸ਼ਾਸਤਰੀ ਪ੍ਰੋਫੈਸਰ ਜੈਤੀ ਕੋਸ਼ ਦਾ ਕਹਿਣਾ ਹੈ ਕਿ ਜੇ ਤੁਸੀਂ ਮਹਾਮਾਰੀ ਨੂੰ ਰੋਕਣਾ ਚਾਹੁੰਦੇ ਹੋ ਤਾਂ ਤੁਸੀਂ ਟੈਸਟਿੰਗ ਪੈਸਿਆਂ ਉੱਤੇ ਨਿਰਧਾਰਤ ਨਹੀਂ ਕਰ ਸਕਦੇ ਕੁਝ ਅਰਥ ਸ਼ਾਸਤਰੀਆਂ ਦੇ ਅਨੁਸਾਰ ਇਸ ਨੂੰ ਸਿਰਫ ਗਰੀਬ ਲੋਕਾਂ ਲਈ ਮੁਫਤ ਰੱਖਣਾ ਵੀ ਮਦਦਗਾਰ ਨਹੀਂ ਹੋਵੇਗਾ ਅਰਥ ਸ਼ਾਸਤਰੀ ਵਿਵੇਕ ਦ ਪਰ ਹਨ ਅਤੇ ਉਹ ਸੰਘਰਸ਼ ਕਰ ਰਹੇ ਹਨ ਇਥੇ ਮਧ ਵਰਗੀ ਵਰਕਰ ਵੀ ਹਨ ਜਿਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਉਹ ਆਪਣੇ ਪਰਿਵਾਰ ਦਾ ਟੈਸਟ ਕਰਵਾਉਣ ਲਈ ਖਰਚਾ ਨਹੀਂ ਕਰ ਸਕਦੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਬਹੁਤ ਸਾਰੇ ਲੋਕ ਵਿੱਚ ਬਿਨਾਂ ਲੱਛਣ ਦੇ ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸ ਕਰਕੇ ਭਾਰਤ ਕੋਲ ਜਲਦੀ ਹੀ ਮਾਸ ਟੈਸਟਿੰਗ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ ਦੇਹਜੀ ਅਨੁਸਾਰ ਜੇ ਤੁਸੀਂ ਸੱਚਮੁੱਚ ਦੇਸ਼ ਭਰ ਵਿੱਚ ਜਾਂਚ ਦੀ ਦਰ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਤੋਂ ਆਪਣੀ ਜੇਬ ਵਿੱਚੋਂ ਖਰਚਾ ਕਰਕੇ ਟੈਸਟ ਕਰਵਾਉਣ ਦੀ ਉਮੀਦ ਨਹੀਂ ਕਰ ਸਕਦੇ ਖਾਸ ਕਰ ਉਦੋਂ ਜਦੋਂ ਇਹਨਾਂ ਲੋਕਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਾ ਸਿੰਗapore ਤੇ ਦੱਖਣੀ ਕੋਰੀਆ ਦੋਵੇਂ ਦੇਸ਼ਾਂ ਵਿੱਚ ਬਹੁਤ ਗਿਣਤੀ ਟੈਸਟ ਕੀਤੇ ਗਏ ਅਤੇ ਇਹਨਾਂ ਟੈਸਟਾਂ ਨੂੰ ਸਰਕਾਰ ਦੁਆਰਾ ਫੰਡ ਕੀਤਾ ਗਿਆ ਸੀ ਸ਼ਾਇਦ ਭਾਰਤ ਦੀ ਤੁਲਨਾ ਜ਼ਿਆਦਾ ਵੀਅਤਨਾਮ ਨਾਲ ਕੀਤੀ ਜਾ ਸਕਦੀ ਹੈ ਉੱਥੇ ਵੀ ਪੀੜਤ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਪਰ ਟੈਸਟਾਂ ਦਾ ਖਰਚਾ ਅਜੇ ਵੀ ਸਰਕਾਰ ਹੀ ਚੁੱਕਦੀ ਹੈ ਪ੍ਰੋਫੈਸਰ ਕੋਸ਼ ਅਨੁਸਾਰ ਤੁਸੀਂ ਉਦੋਂ ਤੱਕ ਵਾਇਰਸ ਖਤਮ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਨੂੰ ਪਤਾ ਨਾ ਹੋਵੇ ਕਿ ਕਿਸ ਨੂੰ ਇਹ ਬਿਮਾਰੀ ਹੈ ਇਸ ਕਰਕੇ ਸਾਰੇ ਲੋਕਾਂ ਦਾ ਟੈਸਟ ਕਰਨਾ ਬਹੁਤ ਜ਼ਰੂਰੀ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਗਲੋਬਲ ਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਵਿੱਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ